ਅਸੀਂ ਪਹੁੰਚ ਗਏ ਹਾਂ ਗੁਜਰਾਂਵਾਲਾ ਦੇ ਵਿੱਚ। ਗੁਜਰਾਂਵਾਲਾ ਉਹ ਸ਼ਹਿਰ ਜਿਹੜਾ ਕਿ ਕਦੀ ਤਾਰੀਖ ਦੇ ਵਿੱਚ ਇੰਨਾ ਜ਼ਿਆਦਾ ਅਹਿਮੀਅਤ ਦਾ ਹਾਮਿਲ ਨਾ ਰਿਹਾ ਸੀ, ਲੇਕਿਨ ਜਿਸ ਤਰ੍ਹਾਂ ਹੀ ਮੁਗਲ ਪੀਰੀਅਡ ਆਉਂਦਾ ਔਰ ਮੁਗਲ ਨੂੰ ਅਰੂਜ ਮਿਲਦਾ ਅਤੇ ਇਸ ਇਲਾਕੇ ਨੂੰ ਆਇਡੈਂਟੀਫਿਕੇਸ਼ਨ ਮਿਲਣਾ ਸ਼ੁਰੂ ਹੋ ਜਾਂਦੀ ਹੈ ਇਹਦੇ ਲਾਗੇ ਲਾਗੇ ਦੇ ਹਦੂਦ ਦਰਬੇ ਦੇ ਹਵਾਲੇ ਦੇ ਨਾਲ, ਜਿਸ ਤਰ੍ਹਾਂ ਨਾਲਾ ਭਲਖੂ ਦੇ ਕੰਢੇ ਦੇ ਉੱਤੇ ਵਸਿਆ ਹੋਇਆ ਸ਼ਹਿਰ ਵਜ਼ੀਰਾਬਾਦ, ਵਜ਼ੀਰ ਖਾਨ ਨੇ ਜਿਹੜਾ ਸ਼ਹਿਰ ਵਸਾਇਆ ਸੀ, ਫਿਰ ਉਸ ਤੋਂ ਬਾਅਦ ਅੱਗੇ ਛੋਟਾ ਜਿਹਾ ਸ਼ਹਿਰ ਸੀ ਜਿਹਨੂੰ ਕਿ ਗੁਜਰਾਂਵਾਲਾ ਕਿਹਾ ਜਾਂਦਾ ਸੀ, ਜਿੱਥੇ ਕਿ ਗੁਜਰਾਂ ਦੀ ਆਬਾਦੀ ਜ਼ਿਆਦਾ ਸੀ, ਇਸ ਵਾਸਤੇ ਉਹਨੂੰ ਗੁਜਰਾਂਵਾਲਾ ਕਿਹਾ ਗਿਆ। ਉਸ ਗੁਜਰਾਂਵਾਲਾ ਦੇ ਵਿੱਚ ਆ ਕੇ ਮੁਖਤਲਿਫ ਜਗ੍ਹਾ ਤੋਂ ਜੱਟ ਪੰਜਾਬੀ ਦੂਸਰੇ ਸ਼ਹਿਰਾਂ 'ਚੋਂ ਆ ਕੇ ਵਸਣ ਲੱਗ ਪਏ ਔਰ ਇਹਦੀ ਰੌਣਕ ਵੱਧਦੀ ਗਈ ਔਰ ਇੱਕ ਵੱਡੇ ਸ਼ਹਿਰ ਦਾ ਸੂਰਤ ਅਖਤਿਆਰ ਕਰ ਗਿਆ ਔਰ ਇਹ ਜਗ੍ਹਾ ਫਿਰ ਮਰਕਜ਼ ਬਣੀ। ਮਿਸਲ ਜਿਹੜੀ ਸੀ ਸੁਕਰ ਚੱਕੀਆਂ ਦੀ, ਉਹਦਾ ਹੈੱਡਕੁਆਟਰ ਬਣਿਆ ਜਿਹੜਾ ਕਿ ਅੱਜ ਕੱਲ੍ਹ ਹਵੇਲੀ ਸਮਾਨਬੁਰਜ ਦੀ ਸੂਰਤ ਵਿੱਚ ਮੱਛੀ ਮੰਡੀ ਦੇ ਅੰਦਰ ਮੌਜੂਦ ਹੈ, ਜਿੱਥੇ ਕਿ ਬਰਥਪਲੇਸ ਹੈ ਮਹਾਰਾਜਾ ਰਣਜੀਤ ਸਿੰਘ ਦੀ। ਉੱਥੇ ਸਰਦਾਰ ਚਰਟ ਸਿੰਘ ਦਾ ਪੋਤਰਾ ਔਰ ਮਹਾਨ ਸਿੰਘ ਸੁਕਰ ਚੱਕੀਆ ਦਾ ਬੇਟਾ ਮਹਾਰਾਜਾ ਰਣਜੀਤ ਸਿੰਘ, ਜਿਹਨੇ ਕਿ ਪਹਿਲਾ ਟਾਈਟਲ ਦੁਨੀਆ ਦਾ ਆਪਣੇ ਨਾਮ ਦੇ ਨਾਲ ਰਾਜਿਆਂ ਤੋਂ ਮਹਾਰਾਜਾ ਦਾ ਲਕਬ ਜਿਹੜਾ ਯੂਜ਼ ਕੀਤਾ, ਉਹ 1791 ਦੇ ਵਿੱਚ 2 ਨਵੰਬਰ ਨੂੰ ਪੈਦਾ ਹੁੰਦਾ ਗੁਜਰਾਂਵਾਲਾ ਦੇ ਅੰਦਰ ਹਵੇਲੀ ਸਮਾਨਬੁਰਜ ਦੇ ਅੰਦਰ। ਔਰ ਲਾਗੇ ਹੀ ਹਵੇਲੀ ਮੌਜੂਦ ਹੈ ਕੇਸਰਾ ਬਾਜ਼ਾਰ ਦੇ ਵਿੱਚ, ਪੁਰਖਾਂ ਦੀ ਹਵੇਲੀ ਜਨਰਲ ਹਰੀ ਸਿੰਘ ਨਲਵਾ ਜੀ ਦੀ। ਔਰ ਇਹ ਸਪੂਤ ਜਿਹੜੇ ਨੇ ਪੰਜਾਬ ਦੇ ਇੱਕ ਨਵੀਂ ਤਾਰੀਖ ਕਾਇਮ ਕਰਦੇ ਨੇ। ਆਓ ਅਤੇ ਤੁਹਾਨੂੰ ਫਿਰ ਲੈ ਚੱਲਦੇ ਹਾਂ ਜਨਰਲ ਹਰੀ ਸਿੰਘ ਨਲਵਾ ਜੀ ਦੀ ਹਵੇਲੀ 'ਚ ਔਰ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਾਂਗੇ ਹਵੇਲੀ ਮਹਾਰਾਜਾ ਰਣਜੀਤ ਸਿੰਘ ਔਰ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ ਨਾਲ ਹੀ ਸ਼ੇਰਾਂ ਵਾਲੇ ਬਾਗ ਦੀ ਔਰ ਸ਼ੇਰਾਂ ਵਾਲੀ ਬਾਰਾਦਰੀ ਦੀ ਔਰ ਮਹਾਨ ਸਿੰਘ ਸੁਕਰ ਚੱਕੀਆ ਦੀ ਜਿਹੜੀ ਹੈ ਸਮਾਧ ਹੈ ਔਰ ਗੁਜਰਾਂਵਾਲਾ ਦੀ ਹਿਸਟਰੀ ਦੇ ਮੁਤਲਕ ਕਿ ਗੁਜਰਾਂਵਾਲਾ ਦੇ ਵਿੱਚ ਕੀ ਕਿਸ ਤਰੀਕੇ ਨਾਲ ਬੀਤਿਆ, ਅਗਰ ਤੁਸੀਂ ਦੇਖਣਾ ਚਾਹੋ ਤਾਂ ਆਓ ਤੁਹਾਨੂੰ ਅਸੀਂ ਪੰਜਾਬ ਹੈਰੀਟੇਜ ਦਾਸਤਾਨ ਦੇ ਨਾਲ ਤੁਹਾਨੂੰ ਦਿਖਾਵਾਂਗੇ ਪੰਜਾਬ ਦੀ ਉਹ ਵਾਲੀ ਹਿਸਟਰੀ ਕਿ ਜਿਹੜੀ ਕਿ ਇੱਕ ਗਵਾਚਿਆ ਹੋਇਆ ਪੰਨਾ, ਇੱਕ ਫਾਟਿਆ ਹੋਇਆ ਪੰਨਾ ਜਿਹੜਾ ਕਿ ਡੋਨ ਫਾਲ ਆਫ ਮੁਗਲਸ ਤੋਂ ਬਾਅਦ ਸ਼ੁਰੂ ਹੁੰਦਾ ਔਰ ਟਿਲ ਬ੍ਰਿਟਿਸ਼ ਅੰਪਾਇਰ ਤੱਕ ਮੌਜੂਦ ਰਹਿੰਦੇ ਨੇ ਉਹਦੇ ਅਸਰਾਤ। ਅਤੇ ਚਲੋ ਫਿਰ ਦੇਖਦੇ ਹਾਂ ਅਸੀਂ ਇਹ ਤਮਾਮ ਤਵਾਰੀਖ ਜਿਹੜੀ ਕਿ ਪੰਜਾਬੀ ਰਾਜ ਦਾ ਸਬੱਬ ਬਣਦੀ ਹੈ, ਜਿਹੜਾ ਕਿ ਇੱਕ ਖਾਲਸਾ ਰਾਜ ਬਣਦਾ ਜਿਹਨੂੰ ਕਿ ਸਿੱਖਾ ਸ਼ਾਹੀ ਕਿਹਾ ਜਾਂਦਾ। ਆਓ ਅਤੇ ਤੁਹਾਨੂੰ ਫਿਰ ਲੈ ਚੱਲਦੇ ਹਾਂ ਅਸੀਂ ਪੰਜਾਬ ਦੀ ਇਸ ਫਰਟਾਈਲ ਲੈਂਡ ਜਿਹਨੂੰ ਕਿ ਕਬਜ਼ਾ ਕਰਨ ਵਾਸਤੇ ਸਦੀਆਂ ਤੋਂ ਲੋਕ ਸਿਕੰਦਰ ਆਜ਼ਮ ਤੋਂ ਲੈ ਕੇ ਔਰ ਅਬਦਾਲੀ ਤੱਕ ਹਰ ਬੰਦਾ ਉਸ ਜ਼ਮੀਨ ਨੂੰ ਕਬਜ਼ਾ ਕਰਨ ਵਾਸਤੇ ਆਇਆ ਜਿਹਦਾ ਨਾਮ ਸੀ ਪੰਜਾਬ, ਜਿਹਦਾ ਮਰਕਜ਼ ਸੀ ਗੁਜਰਾਂਵਾਲਾ ਬਣਿਆ ਔਰ ਉੱਥੋਂ ਉੱਠਿਆ ਇੱਕ ਪੰਜਾਬੀ ਸੂਰਮਾ ਜਿਹਨੇ ਟਾਈਟਲ ਲਿਆ ਮਹਾਰਾਜਾ ਦਾ, ਮਹਾਰਾਜਾ ਰਣਜੀਤ ਸਿੰਘ, ਜਿਹਨੇ ਜਾ ਕੇ ਆਪਣੀ ਸਲਤਨਤ ਕਾਇਮ ਕੀਤੀ ਲਾਹੌਰ ਦਰਬਾਰ ਦੇ ਉੱਤੇ। ਅਤੇ ਫਿਰ ਚੱਲਦੇ ਹਾਂ ਹਿਸਟਰੀ ਆਫ ਗੁਜਰਾਂਵਾਲਾ ਨੂੰ ਦੇਖਣ ਵਾਸਤੇ। ਹਿਸਟਰੀ ਦਾ ਇੱਕ ਪੰਨਾ ਖੋਲਣ ਲਈ ਪੰਜਾਬ ਹੈਰੀਟੇਜ ਦਾਸਤਾਨ ਦੇ ਵਿੱਚ ਮੈਂ ਪਹੁੰਚ ਗਿਆ ਹਾਂ ਮਹਾਨ ਸਿੰਘ ਸੁਕਰ ਚੱਕੀਆ ਦੀ ਹਵੇਲੀ ਦੇ ਉੱਤੇ, ਜਿਹਨੂੰ ਕਿ ਸਮਾਨਬੁਰਜ ਹਵੇਲੀ ਕਿਹਾ ਜਾਂਦਾ ਸੀ। ਅੱਜ ਮੈਂ ਪਹੁੰਚ ਗਿਆ ਹਾਂ ਉਸ ਸ਼ਾਨੇ ਸ਼ਾਇਆਨ ਬਿਲਡਿੰਗ ਦੇ ਵਿੱਚ ਜਿਸਨੇ 48 ਸਾਲ ਤੱਕ ਪੰਜਾਬ ਦੇ ਉੱਤੇ ਅਣਮੁੱਲਾ ਰਾਜ ਕੀਤਾ ਔਰ ਆਪਣੀਆਂ ਸ਼ਾਨਾਂ ਵਿਖਾਈਆਂ, ਜਿਹਨੂੰ ਕਿ ਖਾਲਸਾ ਰਾਜ ਦਾ ਨਾਮ ਦਿੱਤਾ ਗਿਆ। ਇੱਥੇ ਹੀ ਉਹ ਸੂਰਮਾ ਪੈਦਾ ਹੋਇਆ ਜਿਹਨੂੰ ਕਿ ਮਹਾਰਾਜਾ ਰਣਜੀਤ ਸਿੰਘ ਤਾਰੀਖ ਦੇ ਵਿੱਚ ਪਹਿਲੀ ਵਾਰੀ ਰਾਜੇ ਤੋਂ ਮਹਾਰਾਜਾ, ਰਾਜਿਆਂ ਦਾ ਰਾਜਾ ਜਿਹੜਾ ਕਹਿਲਾਇਆ ਉਹ ਜਿਹੜਾ ਉਹ ਇੱਥੇ ਬਣਾਇਆ ਜਾਏਗਾ। ਲੇਕਿਨ ਜਿੰਨੇ ਵੀ ਕੰਮ ਨੇ ਬਹੁਤ ਅੱਛੇ ਹੋ ਰਹੇ ਨੇ, ਅੱਜ
ਆਹਿਸਤਾ ਆਹਿਸਤਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪ੍ਰਿਜ਼ਰਵ ਹੁੰਦੀਆਂ ਜਾ ਰਹੀਆਂ ਨੇ, ਅਸੀਂ ਦੇਖ ਰਹੇ ਹਾਂ। ਪੰਜਾਬ ਹੈਰੀਟੇਜ ਦਾਸਤਾਨ ਨੂੰ ਲੈ ਕੇ ਮੈਂ ਪਹੁੰਚ ਗਿਆ ਸਰਦਾਰ ਮਹਾਨ ਸਿੰਘ ਸੁੱਕੇ ਚੱਕੀਆ ਦੀ ਹਵੇਲੀ ਦੇ ਵਿੱਚ, ਜਿੱਥੇ ਕਿ ਪੰਜਾਬ ਦਾ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜਿਹੜਾ ਉਹ ਇਸ ਹਵੇਲੀ ਦੇ ਅੰਦਰ ਪੈਦਾ ਹੁੰਦਾ, ਜਿਹਨੂੰ ਹਵੇਲੀ ਨੂੰ ਸਮਾਨਪੁਰਜ ਕਿਹਾ ਗਿਆ। ਔਰ ਇਸ ਸਮਾਨਪੁਰਜ ਦੇ ਅੰਦਰ ਕਦੀ ਵੱਡੇ ਵੱਡੇ ਵਜ਼ੀਰ ਮਸ਼ੀਰ ਔਰ ਜਨਰਲਸ ਜਿਹੜੇ ਸੀ ਉਹ ਅੰਦਰ ਦਾਖਲ ਨਹੀਂ ਸੀ ਹੋ ਸਕਦੇ ਜਾਂ ਉਹ ਅੰਦਰ ਨਹੀਂ ਸੀ ਆ ਸਕਦੇ, ਲੇਕਿਨ ਅੱਜ ਅਗਰ ਦੇਖਿਆ ਜਾਵੇ ਤਾਂ ਹਰ ਹਾਰੀ ਸਾਰੀ ਇਸ ਘਰ ਦੇ ਅੰਦਰ ਆ ਜਾਂਦਾ ਕਿਉਂਕਿ ਇਹਦੀ ਕੋਈ ਦੇਖ ਰੇਖ ਨਹੀਂ ਹੈ। ਲੇਕਿਨ ਖੁਸ਼ਖਬਰੀ ਹੈ ਖਾਲਸਾ ਪੰਥ ਵਾਸਤੇ ਕਿ ਇਸ ਜਗ੍ਹਾ ਨੂੰ ਬਹੁਤ ਜਲਦੀ ਪ੍ਰਿਜ਼ਰਵ ਕਰਕੇ ਸਿੱਖ ਹੈਰੀਟੇਜ ਮਿਊਜ਼ੀਅਮ ਬਣਾ ਦਿੱਤਾ ਜਾਵੇਗਾ। ਇਹ ਖੂਬਸੂਰਤ ਆਰਚਾਂ ਔਰ ਇਹ ਖੂਬਸੂਰਤ ਆਰਕੀਟੈਕਚਰ ਜਿਹੜਾ ਅਗਰ ਦੇਖਿਆ ਜਾਵੇ ਤਾਂ ਇਹਨੇ ਕਿੰਨਾ ਲੰਬਾ ਸਫ਼ਰ ਤੈਅ ਕੀਤਾ ਔਰ 180 ਸਾਲ ਤਾਂ ਸਿਰਫ ਖਾਲਸਾ ਰਾਜ ਨੂੰ ਖਤਮ ਹੋਏ ਹੋਏ ਨੇ, ਉਸ ਤੋਂ ਪਹਿਲੇ ਜਦੋਂ ਮਹਾਨ ਸਿੰਘ ਸੁਕਰ ਚੱਕੀਆ ਜਿਹਨੇ ਇਹ ਹਵੇਲੀ ਬਣਾਈ ਹੈ ਤਾਂ ਉਸ ਵੇਲੇ ਇਸ ਜਗ੍ਹਾ ਦੀ ਕੀ ਸ਼ਾਨੋ ਸ਼ੌਕਤ ਹੋਏਗੀ, ਕੀ ਆਣ ਬਾਣ ਠਾਨ ਹੋਏਗੀ ਇੱਥੇ ਜਦੋਂ ਸਾਰੀਆਂ ਰਾਣੀਆਂ ਮਹਾਰਾਣੀਆਂ ਜਿਹੜੀਆਂ ਨੇ ਉਹ ਫਿਰਦੀਆਂ ਹੋਣਗੀਆਂ ਔਰ ਇੱਥੋਂ ਹੀ ਨਿਕਲ ਕੇ ਜਿਹੜਾ ਸੂਰਮਾ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਜਾ ਕੇ ਕੰਕਸ ਕਰਦਾ ਹੈ ਲਾਹੌਰ ਨੂੰ ਔਰ ਲਾਹੌਰ ਦੇ ਅੰਦਰ ਜਾ ਕੇ ਮਹਾਰਾਜਾ ਬਣਦਾ ਪੂਰੇ ਪੰਜਾਬ ਦਾ, ਮਹਾਨ ਪੰਜਾਬ ਦਾ ਰਾਜਾ ਸਿਰਫ ਔਰ ਸਿਰਫ ਮਹਾਰਾਜਾ ਰਣਜੀਤ ਸਿੰਘ ਹੀ ਬਣ ਸਕਿਆ। ਇਹ ਰੋਇਲ ਪਵੀਲੀਅਨ ਕਹਿ ਲਓ ਤੁਸੀਂ ਜਾਂ ਸ਼ਾਹੀ ਜਿਹੜੇ ਲੋਕ ਸਨ ਉਹਨਾਂ ਦੀ ਰਹਿਣ ਦੀ ਜਗ੍ਹਾ ਸੀ ਔਰ ਐਸੇ ਕਮਰੇ ਦੇ ਵਿੱਚੋਂ ਇੱਕ ਕਮਰੇ, ਚਾਰ ਕਮਰੇ ਨੇ ਇੱਥੇ, ਉਹਨਾਂ 'ਚੋਂ ਇੱਕ ਕਮਰੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਜਾਏ ਵਿਲਾਦਤ ਮਹਾਰਾਜਾ ਰਣਜੀਤ ਸਿੰਘ ਸਾਹਿਬ ਬਹਾਦੁਰ, ਤਾਰੀਖ ਵਿਲਾਦਤ 2 ਨਵੰਬਰ 1780, ਮਹਾਰਾਜਾ ਰਣਜੀਤ ਸਿੰਘ ਬੋਰਨ 2 ਨਵੰਬਰ 1780 AD। ਇਹ ਲੱਗਾ ਹੋਇਆ ਹੈ ਬੋਰਡ ਅੰਗਰੇਜ਼ ਸਰਕਾਰ ਦੇ ਵੱਲੋਂ। ਇਸ ਤਾਰੀਖ ਪੈਦਾਇਸ਼ ਦੇ ਉੱਤੇ ਕੁਛ ਲੋਕ ਮੁਫੱਕਰ, ਰਾਈਟਰ, ਹਿਸਟੋਰੀਅਨ, ਤਵਾਰੀਖ ਦੇ ਲਿਖਣ ਵਾਲੇ ਜਿਹੜੇ ਨੇ ਉਹਨਾਂ ਦੀ ਆਪਸ ਦੇ ਵਿੱਚ ਹਮਾਹੰਗੀ ਨਹੀਂ ਆਉਂਦੀ, ਲੇਕਿਨ ਕਿਧਰੇ ਨਾ ਕਿਧਰੇ ਐਟਲੀਸਟ ਇਹ ਜਗ੍ਹਾ ਜਿਹੜੀ ਹੈ ਉਹ ਜੁੜੀ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਕੁਝ ਵੀ ਹੋਵੇ ਤਾਰੀਖ ਪੈਦਾਇਸ਼ 'ਤੇ ਹੋ ਸਕਦਾ, ਲੇਕਿਨ ਇਸ ਕਮਰੇ ਦੇ ਬਾਰੇ ਵਿੱਚ ਕਦੀ ਵੀ ਕੋਈ ਕਿਸੇ ਦੀ ਉਹ ਨਹੀਂ ਹੋ ਸਕੀ ਕਿ ਵੀ ਇਸ ਜਗ੍ਹਾ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਪੈਦਾ ਨਹੀਂ ਹੋਇਆ। ਪੰਜਾਬੀ ਸੂਰਮਾ ਪੰਜਾਬ ਦਾ ਮਹਾਰਾਜਾ ਇਸ ਕਮਰੇ ਦੇ ਅੰਦਰ ਪੈਦਾ ਹੋਇਆ ਜਿੱਥੇ ਕਿ ਮੈਂ ਇਸ ਵੇਲੇ ਦਾਖਲ ਹੋ ਰਿਹਾ। ਇਹ ਘਰ ਦੀਆਂ ਬਣੀਆਂ ਹੋਈਆਂ ਜਿਹੜੀਆਂ ਕਿ ਸੀਕਰਟ, ਸਮਝ ਲਓ ਤੁਸੀਂ ਕਿ ਸੀਕਰਟ ਜਿਹੜੀਆਂ ਅਲਮਾਰੀਆਂ ਸਨ ਜਾਂ ਜਿਹੜੀ ਜਿਹਦੇ ਅੰਦਰ ਕੋਈ ਚੀਜ਼ਾਂ ਜਿਹੜੀਆਂ ਨੇ ਖੁਫੀਆ ਰੱਖੀਆਂ ਜਾਂਦੀਆਂ ਸਨ, ਇਹ ਉਹ ਨੇ। ਇਹ ਉਹ ਅਲਮਾਰੀਆਂ ਨੇ ਜਿੱਥੇ ਕਿ ਘਰ ਦੀਆਂ ਕੀਮਤੀ ਚੀਜ਼ਾਂ ਰੱਖੀਆਂ ਜਾਂਦੀਆਂ ਸਨ ਔਰ ਜ਼ਿਵਰਾਤ ਵਗੈਰਾ ਜਾਂ ਘਰ ਦਾ ਬਾਕੀ ਕੀਮਤੀ ਸਮਾਨ ਜਿਹੜਾ ਔਰ ਸਿੱਕਾ ਰਾਜੁਲ ਵਕਤ ਜਿਹੜਾ ਉਹਨਾਂ ਕੋਲ ਮੌਜੂਦ ਹੁੰਦਾ ਸੀ ਉਹ ਵੀ ਇੱਥੇ ਜਿਹੜਾ ਸੀ ਉਹ ਸੇਵ ਕੀਤਾ ਜਾਂਦਾ ਸੀ। ਇਹ ਖਾਸ ਕਮਰਾ ਜਿਹੜਾ ਸੀ ਮਹਾਰਾਣੀ ਦਾ ਸੀ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਾਲਾ ਸਨ।